ਤੁਸੀਂ ਵਕੀਲ ਹੋ, ਤੁਸੀਂ ਟੈਕਨੀਕਲੀ ਸਾਰਾ ਕੁਝ ਜਾਣਦੇ ਹੋ, ਕੀ ਕੁਝ ਮੰਨਿਆ ਬੈਂਸ ਨੇ ਰੇਪ ਨਾਲ ਮੁਤਲਕ ਅਦਾਲਤ ਦੇ? ਪੁਲਿਸ ਜਿੰਨੇ ਤੱਥ ਦੱਸੇ ਇਸ ਲੇਡੀ ਨੇ, ਜਿੰਨੇ ਉਹਨੇ ਦੱਸੇ ਤਰੀਕਾਂ, ਮਹੀਨੇ, ਦਿਨ ਕਿ ਜਿੱਥੇ ਮੈਨੂੰ ਬੁਲਾ ਕੇ ਇਹਨੇ ਮੇਰਾ ਸ਼ੋਸ਼ਣ ਕੀਤਾ, ਉਹ ਮੈਚ ਕਰਦੇ ਨੇ। ਉਹਦੇ ਫੋਨ ਦੇ ਵਿੱਚੋਂ ਇਹਦੇ ਮੈਸੇਜਸ, ਮੈਨੂੰ ਮੈਸੇਜ ਕਾਤੇ ਕਰਦਾ ਸੀ, ਕਨੈਕਸ਼ਨ ਹੈ ਨਾ, ਇਹਨੂੰ ਆ ਜਾ, ਬੁਲਾ ਜਾ, ਪਿੱਛੇ ਬੈਠੀ ਰਹਿ, ਅੱਗੇ ਨਾ ਆਏ, ਹਰ ਕਿਸਮ ਦੇ ਮੈਸੇਜ ਹੈ ਜਿਹੜੇ 1-to-1 ਕਨੈਕਟ। ਇਹ ਜਿੰਨੇ ਐਲੀਗੇਸ਼ਨਸ ਲਾਈਆਂ ਲੇਡੀਜ਼ ਨੇ, ਉਹ ਸਾਰੀਆਂ ਮੇਲ ਖਾਂਦੀਆਂ ਕਾਲ ਡਿਟੇਲਸ ਨਾਲ, ਟੋਪਰ ਲੋਕੇਸ਼ਨਸ ਨਾਲ, ਬਾਕੀ ਤਾਂ CCTV ਕੱਢੇ ਹੀ ਨਹੀਂ। ਹੁਣ ਪੁਲਿਸ ਨੇ ਕੰਪਲੀਟ ਚਲਾਨ ਇਹਦਾ ਪੱਖ ਸੁਣਨ ਦੇ ਬਾਅਦ ਇਹਨੂੰ ਗਿਲਟੀ ਕਰਾਰ ਕਰਕੇ ਫਾਈਂਡਿੰਗ ਦਿੱਤੀ। ਪੁਲਿਸ ਨੇ ਇਹ ਗੱਲ ਕਹਿਤੀ ਕਿ ਸਿਮਰਜੀਤ ਸਿੰਘ ਬੈਂਸ ਦੋਸ਼ੀ ਹੈ। ਦੋਸ਼ੀ ਇੱਕ ਚੀਜ਼ ਤਾਂ ਹੈ, ਇਹ ਸਾਧ ਬਣਿਆ ਫਿਰਦਾ, ਇਹਨੇ ਇਹ ਤਾਂ ਐਡਮਿਟ ਕੀਤਾ ਨਾ ਕਿ ਕੁਕਰਮ ਹੋਇਆ, ਸੋ ਵੇਅਰ ਹੀ ਦੁੱਧ ਧੋਤਾ ਕਿੱਥੋਂ ਹੈ? ਫਿਰ ਉਹ ਬੰਦਾ ਜਿਹੜਾ ਕਹਿੰਦਾ ਸੀ ਕਿ ਇੰਦਰਾ ਗਾਂਧੀ ਦੇ ਟੱਬਰ ਜਾਤੀ ਬਰਬਾਦ ਨਾ ਹੋ ਜਾਵੇ, ਉਦੋਂ ਤੋਂ ਸਿੱਖ ਕੌਮ ਸਾਂਭ ਲਿਆ, ਸਾਡੀ ਇਹ ਬੋਲਦਾ ਸੀ, ਅਤੇ ਉਸੇ ਟੱਬਰ ਤੋਂ ਜਾ ਕੇ ਫਾਰ ਪਵਾ ਕੇ ਆਇਆ ਗਲ ਦੇ ਵਿੱਚ ਸਰੋਪਾ, ਅਤੇ ਨਾਲ ਉਹ SGPC ਵਾਲਾ, ਲਾਣਾ ਤਾਂ ਉਹਦੇ 'ਤੇ SGPC ਵਾਲੇ, ਤੂੰ ਗੁਰਸਿੱਖ ਬਣਿਆ ਫਿਰਦਾ, ਤੈਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਾਣ ਕੀ ਕੀਤਾ ਸਿੱਖਾਂ? ਇਹ ਮਾਣ ਦੇ ਨਾਲ ਰਿਹਾ, ਮਾਣ ਤੋਂ ਉੱਠਿਆ, ਮਾਣ ਦੀਆਂ ਚਿੱਠੀਆਂ 'ਚ ਬੜੀ ਕਮਾਈ ਕੀਤੀ ਇਹਨੇ, ਜਿਹੜੀਆਂ ਬਾਹਰਲੀਆਂ ਚਿੱਠੀਆਂ ਜਾਂਦੀਆਂ, ਉਹਦੀ ਕਮਾਈ ਦਾ ਖੂਬ ਮੱਖਣ ਲਾਇਆ ਇਹਨੇ, ਮਾਣ ਦੀ ਪੱਗ ਲਈ, ਅੱਜ ਤੇ ਰੱਖੀ ਬੈਠਿਆ ਘਰ ਪੱਗ, ਮਨਜੀਤ ਸਿੰਘ ਮਾਣ, ਹਾਂ ਮੈਂ ਇੱਕ ਦਿਨ ਘਰ ਗਿਆ, ਉੱਥੇ 8-10 ਪੱਗਾਂ ਰੱਖੀਆਂ, ਇਹ ਮਾਣ ਦੀ ਹੈ, ਫਲਾਨੇ ਦੀ ਹੈ, ਮਤਲਬ ਜਿਸ ਆਦਮੀ ਨੂੰ ਦਸਤਾਰ ਦੀ ਇੱਜ਼ਤ ਨਾ ਹੋਵੇ, ਮਾਣ ਦੀ ਪੱਗ ਲਾ ਕੇ ਸਿਮਰਜੀਤ ਸਿੰਘ ਮਾਣ ਦੀ, ਉਹ ਘਰ ਰੱਖੀ ਇਹਨੇ ਸਜਾਈ ਸ਼ੋਕੇਸ ਦੇ ਵਿੱਚ, ਕਿਹਾ ਮਾਣ ਦੀ ਪੱਗ ਮੈਂ ਲਾਈ ਸੀਗੀ, ਮੈਂ ਇੱਥੇ ਸੁੱਟਿਆ ਮਾਣ ਨੂੰ ਸਰਕਟ ਹਾਊਸ ਦੇ ਬਾਹਰ ਲੁਧਿਆਣਾ, ਜਦ ਅਕਾਲੀ ਦਲ 'ਚ ਹੁੰਦਾ ਸੀ, ਬੈਨੀਪਾਲ ਉਹਨੂੰ ਨੰਗਾ ਕਰਤਾ, ਉਹਦੀਆਂ ਲੱਤਾਂ ਭੜਤੀਆਂ, ਉਹਦਾ ਪਿਸਤੌਲ ਖਾ ਗਿਆ, ਇਹਦੀ ਪਿਸਤੌਲ ਵੀ ਨਹੀਂ ਮੁੜਿਆ, ਇਸ ਕਿਸਮ ਦੇ ਕ੍ਰਿਮੀਨਲਸ ਹੈ। ਜਿੰਨੀ ਵੱਡੀ ਅੱਜ ਤੁਰਦੇ ਸੀਗੇ ਪੰਜਾਬ ਦੇ ਇੱਕ ਕੋਨੇ ਤੋਂ ਪਾਣੀਆਂ ਦੀ ਲੜਾਈ, ਕਾਂਗਰਸ ਨੇ ਮਾਰਤਾ ਪਾਣੀਆਂ ਨੂੰ, ਤਾਂ ਉਹ ਵੀ ਕਾਂਗਰਸ ਦੀ ਝੋਲੀ 'ਚ ਬਹਿ ਗਿਆ, ਸਾਡੀ ਲੋਕ ਇਨਸਾਫ ਪਾਰਟੀ ਕਿੱਡੀ ਪਾਰਟੀ, ਸਾਰੇ ਤੰਬੂ ਤੰਬੂ ਜਿਲ੍ਹਾ ਡੰਡੇ ਡੁੰਡੇ ਜਿਲ੍ਹੇ ਗੱਡੇ 'ਤੇ ਰੱਖ ਕੇ ਟਰਾਲੀ 'ਚ ਬਹਿ ਗਏ ਕਾਂਗਰਸ ਦੀ ਜਾ ਕੇ। ਰਾਜਾ ਬੜਿੰਗ ਨੇ ਆਪਣੀ ਇਲੈਕਸ਼ਨ ਦੇ ਵਿੱਚ ਬੇਮਤਲਬ ਲਿਆ ਕੇ ਡੱਕਾ ਫਸਾਲਿਆ, ਐਂਡ ਸਿਆਣੇ ਹੋਣਗੇ, ਮੈਂ ਹਾਲੇ ਵੀ ਕਹਿੰਦਾ ਸਿਆਣੇ ਹੋਣਗੇ, ਇਹਨਾਂ ਨੂੰ ਚੱਲਦੇ ਕਰ। ਰਾਜਾ ਬੜਿੰਗ ਨੂੰ ਇੰਨਾ ਡਰਨ ਦੀ ਕੀ ਲੋੜ ਹੈ? ਜੇ ਤੂੰ ਚੈਲੰਜ ਦੇ ਕੇ ਆਇਆ ਵੀ ਕੀ ਰੇਪਿਸਟ ਦੇ ਨਾਲ ਜਿੱਤੇਗਾ ਇਲੈਕਸ਼ਨ, ਮੈਂ ਹਾਂ ਦਾ ਨਾਰਾ ਦਿੱਤਾ ਸੁਖਪਾਲ ਖਹਿਰੇ ਲਈ, ਡੱਟ ਕੇ ਦਿੱਤਾ, ਉਹਨਾਂ ਧੱਕਾ ਕੀਤਾ ਨੇ ਭਗਵੰਤ ਮਾਨ, ਐਂਡ ਮੈਂ ਖੁਸ਼ ਹਾਂ ਭੱਖੋ ਲੜ ਰਿਹਾ ਉੱਥੇ ਜਾ ਕੇ, ਉਹਦੇ ਘਰ 'ਚ ਲੜ ਰਿਹਾ, ਇਜ਼ ਅ ਬ੍ਰੇਵ ਬੋਏ। ਰੇਪ ਦੇ ਇਲਜ਼ਾਮਾਂ ਦੇ ਵਿੱਚ ਜੇਲ੍ਹ ਕੱਟ ਕੇ ਆਏ ਸਿਮਰਜੀਤ ਸਿੰਘ ਬੈਂਸ, ਕਾਂਗਰਸ ਜਦੋਂ ਤੋਂ ਉਹਨਾਂ ਨੇ ਜੁਆਇਨ ਕੀਤੀ ਹੈ ਉਦੋਂ ਤੋਂ ਹੀ ਸਿਆਸਤ ਕਾਫੀ ਪੱਕੀ ਹੋਈ ਹੈ, ਅਤੇ ਇੱਥੋਂ ਕੈਂਡੀਡੇਟ ਜਿਹੜੇ ਕਾਂਗਰਸ ਦੇ ਨੇ ਲੁਧਿਆਣਾ ਤੋਂ, ਉਹਨਾਂ ਦੀਆਂ ਮੁਸ਼ਕਲਾਤਾਂ ਵੀ ਵਧੀਆਂ ਹੋਈਆਂ ਨੇ। ਜਿਸ ਔਰਤ ਦੇ ਨਾਲ ਸਿਮਰਜੀਤ ਸਿੰਘ ਬੈਂਸ ਨੇ ਰੇਪ ਕੀਤਾ ਸੀ, ਉਹਨਾਂ ਦੇ ਵਕੀਲ ਹਰੀਸ਼ ਰਾਏ ਢਾਂਡਾ ਜੀ ਮੇਰੇ ਨਾਲ ਨੇ, ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹ ਕੇਸ ਖੜ੍ਹਾ ਕਿੱਥੇ ਹੈ, ਕੀ ਕੁਝ ਗੱਲਬਾਤ ਹੈ, ਔਰ ਇਸ ਕੇਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਅਦਾਲਤ ਦੇ ਵਿੱਚ ਕੀ ਮੰਨਿਆ, ਔਰ ਕਿੰਨਾ ਕੁ ਨੁਕਸਾਨ ਕਾਂਗਰਸ ਨੂੰ ਵੀ ਚਲਾਉਣਾ ਪੈ ਸਕਦਾ, ਇਸ 'ਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦਾ ਸਰ, ਸਵਾਗਤ ਹੈ, ਧੰਨਵਾਦ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਤੁਸੀਂ ਉਸ ਪੀੜਿਤ ਮਹਿਲਾ ਦੇ ਵਕੀਲ ਹੋ ਜਿਸ ਮਹਿਲਾ ਦਾ ਜਿਹੜਾ ਰੇਪ ਹੋਇਆ, ਹੁਣ ਇਹ ਕੇਸ ਕਿੱਥੇ ਖੜ੍ਹਾ, ਕੀ ਕੁਝ ਮੰਨਿਆ ਸਿਮਰਜੀਤ ਸਿੰਘ ਬੈਂਸ ਨੇ? ਉਹ ਕਹਿੰਦੇ ਜੀ ਮੈਨੂੰ ਫਸਾਇਆ ਗਿਆ, ਝੂਠਾ, ਹਾਲਾਂਕਿ ਲਗਾਤਾਰ ਉਹ ਇਹੀ ਗੱਲਾਂ ਕਹਿ ਰਹੇ ਆ, ਪਰ ਤੁਸੀਂ ਵਕੀਲ ਹੋ, ਤੁਸੀਂ ਟੈਕਨੀਕਲੀ ਸਾਰਾ ਕੁਝ ਜਾਣਦੇ ਹੋ, ਕੀ ਕੁਝ ਮੰਨਿਆ ਬੈਂਸ ਨੇ ਰੇਪ ਨਾਲ ਮੁਤਲਕ ਅਦਾਲਤ ਦੇ ਵਿੱਚ? ਹਿੰਦੁਸਤਾਨ ਦੇ ਵਿੱਚ ਅੱਜ ਤੱਕ ਕਿਸੇ ਨੇ ਇਲਜ਼ਾਮ ਮੰਨੇ ਨਹੀਂ ਹੈ। ਹਾਂ, ਫੋਰਨ ਕੰਟਰੀ 'ਚ ਹੈ ਬੰਦੇ ਫਿਰ ਸਾਫ ਸੁਥਰੇ ਜਿਹੜੇ ਕਹਿ ਦਿੰਦੇ ਹਾਂ ਮੇਤੋਂ ਹੋਇਆ। ਕਲਿੰਟਨ ਵਰਗਿਆਂ ਨੇ ਕਿਹਾ ਕਿ ਯੈਸ ਮੇਤੋਂ ਹੋਇਆ। ਹੁਣ ਸਿਚੁਏਸ਼ਨ ਇਹ ਹੈ ਕਿ ਪਹਿਲਾਂ ਤਾਂ 1 ਸਾਲ ਜੱਦੋ ਜਹਿਦ ਲੜਾਈ ਲੜਨ ਦੇ ਬਾਅਦ FIR ਹੁੰਦੀ ਹੈ, ਫਿਰ FIR ਹੋਣ ਦੇ ਬਾਅਦ
ਇਨਵੈਸਟੀਗੇਸ਼ਨ ਕੀਤੀ ਨਹੀਂ ਜਾਂਦੀ, ਇਨਵੈਸਟੀਗੇਸ਼ਨ ਸਕਟਲ ਕੀਤੀ ਜਾਂਦੀ ਹੈ, ਐਵੀਡੈਂਸ ਡਿਸਟਰੋਏ ਕੀਤਾ ਜਾਂਦਾ, ਉਹਦੇ ਬਾਅਦ ਫਿਰ ਇਸ ਨੂੰ ਗ੍ਰਿਫਤਾਰ ਵੀ ਨਹੀਂ ਕਰਦੇ, ਬਿਨਾਂ ਗ੍ਰਿਫਤਾਰ ਕੀਤੇ ਚਲਾਮ ਦਿੰਦੇ ਹੈ। ਅਲਟੀਮੇਟਲੀ ਫਿਰ ਇਹ ਸੁਪਰੀਮ ਕੋਰਟ ਤੱਕ ਇਹਨੂੰ ਮੌਕੇ ਦਿੰਦੇ ਆ ਜਾਇਆ ਵੇ। ਹੁਣ ਇਹਦੇ ਕੇਸ ਦੀ ਇੱਕ ਤਰ੍ਹਾਂ ਸੁਣਵਾਈ ਅਪ ਟੂ ਸੁਪਰੀਮ ਕੋਰਟ ਹੋ ਚੁੱਕੀ ਹੈ, ਉਦੋਂ ਤਾਂ ਉੱਥੇ ਤੱਕ ਇਹਨੂੰ ਬੇਲ ਡਿਨਾਈ ਹੋਈ। ਫਿਰ ਇਹ ਗ੍ਰਿਫਤਾਰ ਹੁੰਦਾ, ਗ੍ਰਿਫਤਾਰ ਹੋ ਕੇ ਫਿਰ ਇਹਦਾ ਕੇਸ ਚੱਲਦਾ, ਪੁਲਿਸ ਫਿਰ ਫਰੈਸ਼ ਚਲਾਮ ਦਿੰਦੀ ਹੈ। ਹੁਣ ਇਹ ਦੂਜਾ ਸਟੇਜ ਹੈ, ਪੁਲਿਸ ਜਿੰਨੇ ਤੱਥ ਦੱਸੇ ਇਸ ਲੇਡੀ ਨੇ, ਜਿੰਨੇ ਉਹਨੇ ਦੱਸੇ ਤਰੀਕਾਂ, ਮਹੀਨੇ, ਦਿਨ ਕਿ ਜਿੱਥੇ ਮੈਨੂੰ ਬੁਲਾ ਕੇ ਇਹਨੇ ਮੇਰਾ ਸ਼ੋਸ਼ਣ ਕੀਤਾ, ਉਹ ਮੈਚ ਕਰਦੇ ਹੈ, ਸਾਰੇ ਮੈਚ ਕਰਦੇ ਹੈ। ਫਿਰ ਉਹਦੇ ਫੋਨ ਦੇ ਵਿੱਚੋਂ ਇਹਦੇ ਮੈਸੇਜਿਸ ਉਹ ਮੈਚ ਕਰਦੇ, ਮੈਸੇਜ ਕਾਹਤੇ ਕਰਦਾ ਸੀ, ਕਨੈਕਸ਼ਨ ਹੈ ਨਾ, ਇਹਨੂੰ ਆ ਜਾ, ਬੁਲਾ ਜਾ, ਪਿੱਛੇ ਬੈਠੀ ਰਹਿ, ਅੱਗੇ ਨਾ ਆਏ, ਹਰ ਕਿਸਮ ਦੇ ਮੈਸੇਜ ਹੈ ਜਿਹੜੇ ਵਨ ਟੂ ਵਨ ਕਨੈਕਟ ਕਰਦੇ ਹੈ। ਫਿਰ ਇਹ ਜਿਹੜਾ ਸਿਲਸਿਲਾ ਇੱਥੇ ਖਤਮ ਨਹੀਂ ਹੁੰਦਾ, ਇਹ ਕਿਸ ਕਿਸਮ ਦਾ, ਵਿਦ ਡਿਊ ਅਪੋਲੋਜੀਸ ਕਹਿਣਾ ਤਾਂ ਨਹੀਂ ਹੈ, ਪਰ ਹੈ ਦਰਿੰਦਾ ਹੈ। ਇਹਨੇ ਉਸ ਲੇਡੀ ਦੇ ਬਾਪ ਨੂੰ ਮਰਾਉਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਐੱਫ ਆਈ ਆਰ ਰਜਿਸਟਰ ਕਰਕੇ ਕੱਖ ਅੱਗੇ ਨਹੀਂ ਕੀਤਾ। ਫਿਰ ਇਹਨੂੰ ਟੈਲੀਫੋਨਾਂ 'ਤੇ ਧਮਕੀਆਂ ਅਤੇ ਗੰਦ ਬਕਾਇਆ, ਪੁਲਿਸ ਨੇ ਕੁਛ ਨਹੀਂ ਕੀਤਾ। ਫਿਰ ਇਹਦੇ ਖਿਲਾਫ ਇਲਜ਼ਾਮ ਲਾ ਕੇ, ਝੂਠੇ ਮੈਸੇਜ ਬਣਾ ਕੇ ਕਿ ਹੈ ਹੀ ਇਹ ਘਟੀਆ ਪੇਸ਼ਾਵਰ ਔਰਤ, ਉਹ ਕੋਸ਼ਿਸ਼ ਕਰ ਲਈ ਇਹ ਜਿੱਥੇ ਬੈਠੀ ਦੇ ਬਰਾਬਰ ਬੈਠ ਕੇ, ਇਹ ਨਹੀਂ ਡਰੀ, ਮੇਰੇ 'ਤੇ ਪਰਚਾ ਰਜਿਸਟਰ ਕਰਾਤਾ ਇੱਕ ਬਰਨਾਲੇ, ਹਾਂਜੀ ਹਾਂਜੀ ਬਰਨਾਲੇ, ਉਹ ਟ੍ਰਾਈਡੈਂਟ ਵਾਲਿਆਂ ਨਾਲ ਰਲ ਕੇ ਆਖਰ ਉਹਨੂੰ ਵਾਪਸ ਲੈਣਾ ਪਿਆ, ਪੁਲਿਸ ਨੇ ਕੈਂਸਲ ਕੀਤਾ। ਫਿਰ ਇਹਨਾਂ ਨੇ ਉਸ ਲੇਡੀ 'ਤੇ ਕੇਸ ਰਜਿਸਟਰ ਕਰਾਇਆ ਅੰਬਾਲੇ 307 ਦਾ, ਉਹਦੇ ਗਵਾਹਾਂ 'ਤੇ। ਇੱਕ ਹੋਰ ਲੇਡੀ ਨੇ ਵੀ ਇਹਦੇ 'ਤੇ ਇਲਜ਼ਾਮ ਲਾਏ, ਉਹ ਚੰਨੀ ਹੈ ਜਿਹੜਾ, ਉਹਦੀ ਕਲਾਸ ਫੈਲੋ 'ਤੇ ਉਹਦੇ ਪਿੰਡ ਦੀ, ਉਹ ਚੰਨੀ ਨੇ ਉਹਨੂੰ ਡਰਾ ਕੇ ਉਹਦੀ ਕੰਪਲੇਂਟ ਵਾਪਸ ਕਰਾਈ। ਕਿ ਤੂੰ ਵਾਪਸ ਚੰਨੀ ਕਿਹੜਾ? ਹਾਂ, ਮੁੱਖ ਮੰਤਰੀ ਜਿਹੜਾ ਲੜਿਆ ਫਿਰਦਾ। ਬੈਂਸ ਮੰਤਰੀ ਹੈ, ਇਹ ਕਰਦਾ, ਇਹਨੂੰ ਬਰਨਾਲੇ ਜੇਲ੍ਹ 'ਚ ਰੱਖਿਆ ਗਿਆ, ਉਹਦੇ ਕਹੇ ਦੇ ਅਗੇਂਸਟ, ਜਿਹੜਾ ਡੀ ਜੀ ਪੀ ਜੇਲ੍ਹ ਸੀ ਸਿੱਧੂ, ਉਦੋਂ ਉਹਦੇ ਅਗੇਂਸਟ ਬਾਹਰੇ ਹੋ ਕੇ ਉੱਥੇ ਰੱਖਿਆ ਗਿਆ। ਜੇਲ੍ਹ ਸੁਪਰਡੈਂਟ ਦੇ ਕਮਰੇ 'ਚ ਬੈਠ ਕੇ ਲੋਕਾਂ ਨਾਲ ਮੀਟਿੰਗਾਂ ਕਰਦਾ ਸੀਗਾ, ਲੋਕ ਐਂ ਜਾਂਦੇ ਸੀ ਜਿਵੇਂ ਕਿ ਉੱਥੇ ਇੱਕ ਜਵਾਈ ਰੱਖਿਆ ਹੁੰਦਾ। ਤੁਸੀਂ ਛੱਡੋ, ਇਹ ਸਾਰੇ ਪੋਲੀਟੀਸ਼ੀਅਨਸ ਇਹੋ ਜਿਹੀ ਹੈ ਜਿੰਨੇ ਕੁ ਵੀ ਹੈਗੇ। ਐਂਡ ਫਿਰ ਉਹਦੇ 'ਤੇ ਉਹ ਕੇਸ ਰਜਿਸਟਰ ਹੋਇਆ, ਫਿਰ ਉਹਦੇ 'ਤੇ ਇੱਕ ਕੇਸ ਕੋਟੇ ਰਜਿਸਟਰ ਕਰਾਇਆ, ਫਿਰ ਉਹ 'ਤੇ ਇੱਕ ਕੇਸ ਉੜੀਸਾ ਰਜਿਸਟਰ ਕਰਾਇਆ, ਫਿਰ ਇੱਕ ਕੰਪਲੇਂਟ ਦਿੱਲੀ ਦਿੱਤੀ, ਫਿਰ ਇੱਕ ਇਹ ਮਤਲਬ ਕਿ ਤੁਸੀਂ ਦੇਖੋ ਕਿੰਨੀਆਂ ਕੰਪਲੇਂਟਸ। ਅਲਟੀਮੇਟਲੀ ਸੁਪਰੀਮ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਉਸ ਲੇਡੀ ਨੇ, ਮੈਂ ਕਰਵਾਈ, ਉਹਦੇ ਵਿੱਚ ਫਿਰ ਕੋਰਟਸ ਨੇ ਜਦ ਰਿਪੋਰਟਾਂ ਮੰਗੀਆਂ, ਸਾਰਿਆਂ ਨੇ ਕੇਸ ਕੈਂਸਲ ਕੀਤੇ, ਸਭ ਨੇ ਭੱਜ ਕੇ ਮੁਦੇ ਮਦੂਜੇ ਜਿਹੜੇ ਸੀਗੇ ਸਾਰੇ, ਐਂਡ ਸਭ ਦੇ ਕਨੈਕਸ਼ਨਸ ਜਿਹੜੇ ਸੀਗੇ। ਹੁਣ ਪੁਲਿਸ ਨੇ ਕੰਪਲੀਟ ਚਲਾਨ ਇਹਦਾ ਪੱਖ ਸੁਣਨ ਦੇ ਬਾਅਦ ਇਹਨੂੰ ਗਿਲਟੀ ਕਰਾਰ ਕਰਕੇ ਦਿੱਤਾ, ਫਾਈਂਡਿੰਗ ਦਿੱਤੀ ਹੈ। ਪੁਲਿਸ ਨੇ ਇਹ ਗੱਲ ਕਹਿਤੀ ਕਿ ਸਿਮਰਜੀਤ ਸਿੰਘ ਬੈਂਸ ਦੋਸ਼ੀ ਹੈ, ਦੋਸ਼ੀ ਹੈ ਕਿ ਇਹ ਜਿੰਨੇ ਐਲੀਗੇਸ਼ਨਸ ਲਾਈਆਂ ਲੇਡੀਜ਼ ਨੇ ਉਹ ਸਾਰੀਆਂ ਮੇਲ ਖਾਂਦੀਆਂ ਕਾਲ ਡਿਟੇਲਸ ਨਾਲ, ਟਾਵਰ ਲੋਕੇਸ਼ਨਸ ਨਾਲ, ਬਾਕੀ ਤਾਂ ਸੀ ਸੀ ਟੀ ਵੀ ਕੱਢੇ ਹੀ ਨਹੀਂ ਇਹਨਾਂ ਨੇ। ਅੱਛਾ, ਉਹਦੇ ਬਾਅਦ ਜਿਹੜੀ ਇਹਨੂੰ ਬੇਲ ਹੋਈ, ਉਹ ਵੀ ਇੱਕ ਸਭ ਤੋਂ ਬੜਾ ਧੁੱਖ ਹੈ। ਉਹ ਬੇਲ ਦੇ ਵਿੱਚ ਇੱਕ ਬਿਆਨ ਦੇ ਉੱਤੇ ਜਿਹੜੇ ਕਿ ਇਹਨੇ ਪਹਿਲਾਂ ਇਨਕੁਆਇਰੀ ਸ਼ੁਰੂ ਕਰਾਈ ਸੀ,
ਸਿਮਰਜੀਤ ਸਿੰਘ ਬੈਂਸ ਨੇ ਪਹਿਲਾਂ ਇੱਕ ਇਨਕੁਆਇਰੀ ਸ਼ੁਰੂ ਕਰਾ ਲਈ ਸੀ ਇੱਥੋਂ। ਉਸ ਇਨਕੁਆਇਰੀ ਦੇ ਵਿੱਚ ਜਿਹੜੀ ਦੋਸ਼ੀ ਹੈ ਇਹਦੇ ਨਾਲ ਭਾਬੀ ਜਸਵੀਰ ਕੌਰ, ਉਹਦੇ ਮੁੰਡੇ ਦੇ ਬਿਆਨ ਲਿਖ ਲਏ ਜੀ, ਸਾਡੇ ਘਰ ਤਾਂ ਕਦੇ ਆਇਆ ਹੀ ਆਈ ਹੋਈ ਨਹੀਂ ਹੈ, ਨਾ ਸਿਮਰਜੀਤ ਸਿੰਘ ਬੈਂਸ ਆਇਆ। ਉਹਨੂੰ ਬਿਆਨ ਬਣਾ ਕੇ ਅਦਾਲਤ ਨੇ ਬਿਆਨ ਬੇਲ ਦੇ ਦਿੱਤੀ। ਉਹ 160 ਦੇ ਬਿਆਨ ਹੈ ਨੇ। ਫਿਰ ਉਹਦੇ ਅਗੇਂਸਟ ਅਸੀਂ ਕੈਂਸਲੇਸ਼ਨ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਕਹਿੰਦਾ ਚੱਲ ਮੈਂ, ਅਸੀਂ ਇੰਟਰਫੇਅਰ ਨਹੀਂ ਕਰਨਾ, ਆਹ ਤਾਂ ਅਦਾਲਤਾਂ ਦਾ ਹਾਲ ਹੈ। ਹੁਣ ਕੀ ਹੈ, ਹੁਣ ਆ ਕੇ ਇਹਨੇ ਇੱਥੇ ਐਪਲੀਕੇਸ਼ਨ ਦੇ ਦਿੱਤੀ ਕਿ ਮੈਨੂੰ ਉਹਦੀ ਕਾਪੀ ਦਿੱਤੀ ਜਾਵੇ। ਕੋਰਟ ਨੇ ਕਿਹਾ ਕਿ ਕਾਪੀ ਹੈ ਹੀ ਨਹੀਂ, ਬਿਆਨ ਹੀ ਹੈ ਨਹੀਂ, ਪੁਲਿਸ ਨੇ ਕਿਹਾ। ਫਿਰ ਉਹਦੀ ਰਿਵੀਜ਼ਨ ਚਲੇ ਗਿਆ ਹਾਈਕੋਰਟ, ਟੌਪ ਦੇ ਵਕੀਲ ਕਰਦਾ, ਰਿਵੀਜ਼ਨ ਚਲੇ ਗਿਆ। ਰਿਵੀਜ਼ਨ ਜਾ ਕੇ ਹਾਈਕੋਰਟ ਨੇ ਕਿਹਾ ਜੀ ਨਕਲ ਦਿਓ। ਅਸੀਂ ਕਿ ਨਕਲ ਕਾਹਦੀ ਦੇਣੀ ਹੈ, ਹੈ ਹੀ ਨਹੀਂ, ਜਦ ਬਿਆਨ ਹੀ ਹੈ ਨਹੀਂ। ਇਹਦਾ ਐੱਫ ਆਈ ਆਰ ਤੋਂ ਪਹਿਲਾਂ ਇੱਕ ਇਨਕੁਆਇਰੀ 'ਚ ਇਹਦੇ ਕਹੇ 'ਤੇ ਲਿਖਾਏ ਹੋਏ ਸੀ ਇਹਨੂੰ ਬਚਾਉਣ ਲਈ, ਉਹ ਬਿਆਨ ਕਰਦੇ ਆ ਪੁਲਿਸ। ਉਹ ਕਹਿੰਦਾ ਜੀ ਹੁਣ ਇੱਕ ਲੇਟੈਸਟ ਜਜਮੈਂਟ ਹੈ ਕਿ ਤੁਸੀਂ ਜਿਹੜਾ ਐਵੀਡੈਂਸ ਉਲਟ ਵੀ ਉਹ ਵੀ ਦਿਓ। ਤੁਸੀਂ ਉਹਦੀ ਰਿਪੋਰਟ ਨਹੀਂ ਦਿੱਤੀ ਪੁਲਿਸ ਨੇ, ਵਾਪਸ ਭੇਜ ਦਿੱਤਾ। ਕੋਰਟ ਨੇ ਰਿਪੋਰਟ ਮੰਗ ਲਈ ਪੁਲਿਸ ਤੋਂ, ਪੁਲਿਸ ਨੇ ਫਿਰ ਜਵਾਬ ਦੇ ਦਿੱਤਾ ਕਿ ਅਸੀਂ ਤਾਂ ਬਿਆਨ ਲਿਖੇ ਨਹੀਂ। ਹੁਣ ਫਿਰ ਉਹਦੇ ਅਗੇਂਸਟ ਹਾਈਕੋਰਟ ਗਿਆ, ਸਟੇਅ ਲੈ ਲਿਆ। ਦੋ ਦੋ ਮਹੀਨੇ ਦੀਆਂ ਤਰੀਕਾਂ ਪੈਂਦੀਆਂ, ਮਾਈ ਲਾਰਡ ਵੀ ਤਰੀਕਾਂ ਪਾ ਦਿੰਦੇ ਇਹਨਾਂ ਦੇ ਕਹੇ 'ਤੇ। ਹੁਣ ਜੇ ਇਹ ਇੰਨਾ ਇਨੋਸੈਂਟ ਹੈ, ਇਹ ਡੇ ਟੂ ਡੇ ਟ੍ਰਾਇਲ ਚਲਾਵੇ। ਅਸੀਂ ਕਹਿੰਦੇ ਹਾਂ ਡੇ ਟੂ ਡੇ ਕਰੋ ਕਰੋ ਟ੍ਰਾਇਲ, ਇਹ ਭੱਜਦਾ। ਇਹਨੂੰ ਵੀ ਤਾਂ ਮੌਕਾ ਨਾ ਵੀ ਮੈਂ ਛੇਤੀ ਤੋਂ ਛੇਤੀ ਆਪਦੇ ਉੱਪਰੋਂ ਦਾਗ ਲਹਾਵਾਂ। ਯਾਰ ਦਾਗ ਲਵਾਵਾਂ, ਪਰ ਦਾਗ ਲੱਥੂਗਾ ਨਹੀਂ ਨਾ, ਦਾਗੀ ਹੈ, ਦਾਗ ਲੱਥੂਗਾ ਕਿਵੇਂ? ਪਤਾ ਇਹਨੂੰ ਸਜ਼ਾ ਹੋਣੀ ਹੈ, ਐਂਡ ਸਜ਼ਾ। ਫਿਰ ਉਸ ਲੇਡੀ ਨੂੰ ਤੰਗ ਕਰਦੇ ਹਾਂ, ਉਹਨੂੰ ਹਰ ਥਾਂ ਤੋਂ ਪੈਸਿਆਂ ਦੀ ਔਫਰ ਕਰਦੇ ਹਾਂ। ਹੁਣ ਲੇਟੈਸਟ ਇੱਕ ਇੱਥੇ ਸਾਡੇ ਔਜਲਾ ਸਾਹਿਬ ਵਕੀਲ ਸਾਹਿਬ ਹੁੰਦੇ ਸੀ, ਉਹਨਾਂ ਦੀ ਨੂੰਹ ਹੈ, ਉਹਨੂੰ ਭੇਜਤਾ। ਉਹਨੂੰ ਭੇਜ ਕੇ ਆ ਜੀ ਤੇਰੀ ਗੱਲ ਕਰਾ ਦਈਏ। ਫਿਰ ਉਹ ਆ ਕੇ ਵਟਸਐਪ 'ਤੇ ਫੋਨ ਕਰਕੇ ਕਾਰ 'ਚ ਬੈਠ ਬੈਠ ਗੱਲਾਂ ਕਰੇ। ਮਤਲਬ ਕਿ ਕੋਈ ਹੱਥ ਕੰਡਾ ਨਹੀਂ ਛੱਡ ਰਹੇ ਜਿਹੜਾ ਨਾ ਹੋਵੇ। 10-20-25-30 ਕਰੋੜ ਤੱਕ ਦੀਆਂ ਔਫਰਸ ਕੀਤੀਆਂ ਇੱਥੇ ਕਿ ਇੰਡਸਟਰੀਅਲਿਸਟ ਬੰਦਿਆਂ ਨੂੰ ਯੂਜ਼ ਕਰੀ ਗਏ। ਫਿਰ ਇਹਦੇ ਫਾਦਰ ਕੋਲ ਪਹੁੰਚ ਗਏ, ਫਿਰ ਇਹਦੇ ਬ੍ਰਦਰ ਕੋਲ ਪਹੁੰਚ ਗਏ। ਇਹਦਾ ਬ੍ਰਦਰ ਕਾਂਗਰਸ 'ਚ ਹੀ ਹੈ। ਮਤਲਬ ਕਿ ਕੀ ਲਾਹਨਤ ਹੈ। ਹੁਣ ਦੱਸੋ, ਰਾਜਾ ਵੜਿੰਗ ਦੀ ਮੈਂ ਮਹਿਸੂਸ ਕਰਦਾ ਕਿ ਉਹਨੇ ਦਲੇਰੀ ਦਿਖਾਈ। ਮੈਨੂੰ ਇਹ ਅਹਿਸਾਸ ਸੀ ਕਿ ਉਹਨੂੰ ਬੀਂਗ ਪ੍ਰਧਾਨ ਉਹਨੇ ਚੈਲੰਜ ਐਕਸੈਪਟ ਕੀਤਾ ਬਿੱਟੂ ਦਾ, ਕਿ ਜੇ ਤੂੰ ਦਗਾ ਮਾਰ ਕੇ ਗਿਆ ਪਾਰਟੀ ਨੂੰ ਮੈਂ ਲੜੂੰ। ਆਈ ਐਪਰੀਸ਼ੀਏਟਡ ਹਿਮ, ਮੈਂ ਇਰਰਿਸਪੈਕਟਿਵ ਆਫ ਪੋਲੀਟੀਕਲ ਪਾਰਟੀ, ਮੈਂ ਅਕਾਲੀ ਦਲ ਨਾਲ, ਪਰ ਮੈਂ ਉਹਦੀ ਇਹ ਦਲੇਰੀ ਜੈਸਚਰ ਉੱਥੋਂ ਆ ਕੇ ਮੁਕਤਸਰ ਤੋਂ ਆ ਕੇ ਲੜਨਾ। ਪਰ ਫਿਰ ਇੱਥੇ ਆ ਕੇ ਤੂੰ ਇੰਨਾ ਡਰ ਗਿਆ ਕਿ ਬੈਂਸਾਂ ਨੇ ਪਹਿਲਾਂ ਜ਼ੋਰ ਲਾਇਆ ਜੀ ਅਕਾਲੀ ਦਲ 'ਚ ਆਉਣ ਲਈ। ਇਹ ਸਾਡੇ ਇੱਕ MLA ਦੇ ਥਰੂ, ਫੋਰਮਰ MLA ਦੇ ਥਰੂ ਇਹ ਮਿਲੇ, ਸੁਖਬੀਰ ਜੀ ਨੇ ਜਵਾਬ ਦੇ ਦਿੱਤਾ। ਇਹਨਾਂ ਨੇ ਜ਼ੋਰ ਲਾ ਲਿਆ BJP 'ਚ, ਉੱਥੇ BJP ਦੇ ਬੰਦੇ ਅੜ ਗਏ ਕਿ ਅਸੀਂ ਇਹ ਲੈਣੇ। ਫਿਰ ਇਹਨੇ ਆਮ ਆਦਮੀ ਪਾਰਟੀ 'ਚ ਜ਼ੋਰ ਲਾ ਲਿਆ, ਪਹਿਲਾਂ ਟਿਕਟਾਂ ਮੰਗਣ ਦਾ, ਫਿਰ ਮੈਨੂੰ ਮਲਾਈ ਲਿਓ ਬਸ। ਫਿਰ ਉਹ ਆਮ ਆਦਮੀ ਨੇ ਨਹੀਂ ਇਹਨਾਂ ਨੂੰ ਲਿਆ, ਉਹ ਅੜ ਗਏ। ਫਿਰ ਇਹ ਕਾਂਗਰਸ ਕੋਲ ਗਿਆ ਕਿ ਬਿਨਾਂ ਸ਼ਰਤ ਮੈਂ ਆ ਜਾਂਦਾ, ਉਹਨਾਂ ਨੇ ਨਹੀਂ ਲਿਆ। ਅਲਟੀਮੇਟਲੀ ਹੁਣ ਰਾਜਾ ਵੜਿੰਗ ਨੇ ਡਾਇਰੈਕਟ ਮੀਟਿੰਗ ਅਰੇਂਜ ਕਰਾ ਕੇ, ਕਿਸੇ ਨੂੰ ਪਤਾ ਲੱਗੇ ਬਿਨਾਂ, ਇਹਦੀ ਜੁਆਇਨਿੰਗ ਕਰਾਈ ਹੈ। ਅਤੇ ਉਹ ਰਾਹੁਲ ਜੀ ਜਿਨ੍ਹਾਂ ਨੂੰ ਇਹ ਸੋਚਦੇ ਹਾਂ ਕਿ ਇਹ ਇੰਡੀਆ ਅਲਾਇੰਸ ਨੂੰ ਲੀਡ ਕਰ ਲੈਣਗੇ, ਜਿਹੜੇ ਦੇਵਗੌੜੇ ਦੇ ਪੋਤੇ ਬਾਰੇ ਤਾਂ ਬਹੁਤ ਕੁਛ ਬੋਲਦੇ ਹਾਂ, ਬੜੀਆਂ ਗੱਲਾਂ ਕਰਦੇ ਹਾਂ, ਅਤੇ ਬੈਂਸ ਦੇ ਨਾਲ ਖੜ੍ਹੇ, ਇੱਕ ਰੇਪਿਸਟ ਦੇ ਨਾਲ ਖੜ੍ਹ ਕੇ ਫੋਟੋ ਖਿਚਾ ਰਹੇ ਹਾਂ। ਹੁਣ ਇਹ ਰਾਜਾ ਵੜਿੰਗ ਜੀ ਮੰਨ ਲਓ ਕਿਸੇ ਸਟੇਜ 'ਤੇ ਇਕੱਠੇ ਹੋ ਜਾਣ, ਇਹਨਾਂ ਦੀ ਅੰਮ੍ਰਿਤਾ ਜੀ ਉੱਥੇ ਹੋਣ, ਪ੍ਰਿਯੰਕਾ ਉੱਥੇ ਹੋਵੇ, ਅਤੇ ਰੇਪਿਸਟ ਦੇ ਨਾਲ ਖੜ੍ਹਣਗੇ। ਹੁਣ ਤੁਸੀਂ ਉਹਦੇ 'ਤੇ ਇਲਜ਼ਾਮ ਲਗਾਉਂਦੇ ਹੋ, ਇਲਜ਼ਾਮ ਹੈ ਵੀ ਜਿਹੜਾ BJP ਦਾ ਮੰਤਰੀ ਹੈ ਛੇੜਛਾੜ ਦੇ, ਫਿਰ ਤੁਸੀਂ ਛੇੜਛਾੜ ਦੇ ਇਲਜ਼ਾਮ, ਹਾਂ ਵੇਦ ਭੂਸ਼ਣ 'ਤੇ
ਉਹਦੇ 'ਤੇ ਵੀ ਇਲਜ਼ਾਮ ਹੈ। ਉਹਦਾ ਤਾਂ ਤੁਸੀਂ ਹੋ ਹੱਲਾ ਇੰਨਾ ਪਾਉਂਦੇ ਹੋ, ਜਾ ਕੇ ਧਰਨਿਆਂ 'ਚ ਬੈਠਦੇ ਹੋ, ਸਾਰਾ ਕਰਦੇ ਹੋ, ਅਤੇ ਇਹ ਔਰਤ ਵਿਚਾਰੀ ਜਿਹਨੂੰ ਇੰਨਾ ਤੰਗ ਕੀਤਾ ਹੈ। ਤੁਸੀਂ ਅੱਜ ਤੱਕ ਰੇਪ ਕੇਸ ਦਾ ਇਹੋ ਜਿਹਾ ਨਹੀਂ ਦੇਖਿਆ ਹੋਊ ਜਿਹਦੇ 'ਤੇ ਪਰਚੇ ਰਜਿਸਟਰ ਕਰਾ ਦਿਉ, ਉਹਦੇ ਮੁੰਡੇ 'ਤੇ ਪਰਚਾ ਰਜਿਸਟਰ ਕਰਾ ਦਿਉ, ਉਹਦੇ ਬਾਪ 'ਤੇ ਪਰਚਾ ਕੇਸ ਰਜਿਸਟਰ ਕਰਾ ਦਿਉ, ਕੋਈ ਨਹੀਂ ਛੱਡਿਆ। ਮਤਲਬ ਕਿ ਤੁਸੀਂ ਉਸ ਬੰਦੇ ਨੂੰ ਨਾਲ ਲੈ ਰਹੇ ਹੋ। ਅਤੇ ਨਾਲੇ ਫਿਰ ਇਹ ਕਹਿੰਦੇ ਆ ਜੀ ਸਾਡੇ ਜੀ ਨਿਆਏ, ਪੰਜ ਨਿਆਏ ਦਾ ਪਰਸੋਂ ਮੈਂ ਪੜ੍ਹ ਰਿਹਾ ਸੀ, ਇਹਦੇ ਪੰਜ ਨਿਆਏ ਰਾਜਾ ਬੜਿੰਗ ਦੇ। ਮੈਨੂੰ ਬੜੀ ਸ਼ਰਮ ਆਈ ਕਿ ਰਾਜਾ ਬੜਿੰਗ ਤੂੰ ਇੰਨਾ ਯਾਰ ਕਿਉਂ ਨੀਵਾਂ ਹੋ ਗਿਆ ਹੈ, ਤੇਰੀ ਲੱਤ ਟੁੱਟੀ ਲੰਗਾ ਤਾਂ ਹੈ ਨਹੀਂ ਕਿ ਜਿਹੜੇ ਤੈਨੂੰ ਪੌੜੀਆਂ ਦੀ ਲੋੜ ਪੈ ਗਈ ਹੈਂ। ਅਤੇ ਤੁਸੀਂ ਇੱਕ ਨਿਆਏ ਹੈ ਔਰਤ ਨਿਆਏ, ਨਾਰੀ ਨਿਆਏ, ਉਹ ਦੱਬਤਾ ਇੱਥੇ ਘੜੇ 'ਚ ਪਾ ਕੇ ਦੱਬਤਾ, ਜਿਵੇਂ ਧੀਆਂ ਦੱਬਦੇ ਸੀਗੇ ਤੁਸੀਂ ਉਹ ਬੈਂਸ ਨੂੰ ਲੈ ਕੇ। ਫਿਰ ਦੂਜਾ ਹੈਗਾ ਸ਼ੇਅਰਿੰਗ ਦਾ, ਕਿ ਬਿਜ਼ਨਸ ਇਹੋ ਜਿਹੀ ਹੋਣੀ ਚਾਹੀਦੀ ਹੈ ਜਿੱਥੇ ਸ਼ੇਅਰ ਮਿਲੇ ਲੋਕਾਂ ਨੂੰ, ਨਿਆਏ ਹੋਵੇ। ਇਹ ਬੰਦਾ ਇੱਕ ਇਗਜ਼ੈਂਪਲ ਹੈ, ਇਹਨੇ ਬਦਮਾਸ਼ੀ ਨਾਲ, ਪੁੱਠੇ ਹੱਥਕੰਡਿਆਂ ਨਾਲ ਲੁਧਿਆਣੇ ਦੀ ਸਾਰੀ ਸਵਿੰਗ ਮਸ਼ੀਨ ਦੀ ਇੰਡਸਟਰੀ ਖਤਮ ਕਰਤੀ ਅਤੇ ਆਪਣੀ ਮੋਨੋਪਲੀ ਕ੍ਰੀਏਟ ਕੀਤੀ ਹੋਈ ਹੈ। ਲੋਕਾਂ ਦੀਆਂ ਵਿਚਾਰਿਆਂ ਦੀਆਂ ਮਸ਼ੀਨਾਂ ਵੇਚਤੀਆਂ ਕਬਾੜ ਦੇ ਵਿੱਚ, ਐਨਕਲੇ ਇਸ ਬੰਦੇ ਨੇ ਸਿਮਰਜੀਤ ਬੈਂਸ, ਸਿਮਰਜੀਤ ਬੈਂਸ ਨੇ। ਤੁਸੀਂ ਜਾ ਕੇ ਸਵਿੰਗ ਮਸ਼ੀਨ ਇੰਡਸਟਰੀ ਦੇ ਬੰਦੇ ਨੂੰ ਪੁੱਛ ਕੇ ਦੇਖੋ, ਕਿਸੇ ਦੇ ਫੋਰਮੈਨ ਨੂੰ ਪੱਟ ਲੈਣਾ, ਕਿਸੇ ਦੇ ਬਿਜਲੀ ਦੀ ਰੇਡ ਪਵਾ ਦੇਣੀ ਹੈ, ਇੱਕ ਜਿਹੜਾ ਕੰਪੀਟੀਟਰ ਸੀ ਉਹਨੂੰ ਵੀ ਦੱਸਤਾ ਬਿਜਲੀ ਕਿਵੇਂ ਚੋਰੀ ਕਰਨੀ ਹੈ, ਕਿ ਮੈਂ ਐਵੇਂ ਕਰਦਾ, ਉਹਦੇ ਚੋਰੀ ਦਾ ਕੰਮ ਸ਼ੁਰੂ ਕਰਾ ਦਿੱਤਾ, ਫਿਰ ਉਹਦੇ ਰੇਡ ਪਵਾ ਦਿੱਤੀ, ਉਹਦੇ ਕਰੋੜਾਂ ਦਾ ਪੈ ਗਿਆ, ਉਹਦੇ ਬੰਦ ਹੋ ਗਿਆ। ਮਤਲਬ ਫਿਰ ਇਹਨੇ ਕੀ ਕੀਤਾ, ਫਿਰ ਗਰੀਬ ਬੰਦੇ ਜਿਹੜੇ ਛੋਟੇ ਛੋਟੇ ਗਰੀਬ ਬੰਦੇ ਆ, ਸਮਾਲ ਪਾਰਟਸ ਬਣਾਉਂਦੇ ਆ ਸਵਿੰਗ ਮਸ਼ੀਨ ਦੇ, ਉਹ ਜੇ ਮੰਨ ਲਓ 20 ਰੁਪਏ ਦਾ ਵੇਚਦਾ, 1 ਰੁਪਏ ਦਾ ਮਾਰਜਨ ਹੈ, 18 ਰੁਪਏ ਦੇ ਆਪ ਵੇਚਣੇ ਸ਼ੁਰੂ ਕਰ ਲਏ। ਇੱਕ ਇੱਕ ਕੰਪੋਨੈਂਟ ਨੂੰ ਮੋਨੋਪਲੀ ਟ੍ਰੇਡ ਕ੍ਰੀਏਟ ਕਰ ਕਰ ਮਾਰਿਆ, ਇੱਕ ਇੱਕ ਕੰਪੋਨੈਂਟ। ਐਂਡ ਇਹਨੂੰ ਐਡਵਾਂਟੇਜ ਕਿੰਨੀ ਹੈ, ਬਿਜਲੀ ਦੀ ਵੀ ਐਡਵਾਂਟੇਜ ਹੈ ਇਹਨੂੰ, ਸਕਰੈਪ ਦੀ ਵੀ ਐਡਵਾਂਟੇਜ ਹੈ ਇਹਨੂੰ, ਫਿਰ ਇਹਨੂੰ GST ਦੀ ਵੀ ਐਡਵਾਂਟੇਜ। ਇਹਨਾਂ ਨੇ ਮੋਰਚੇ ਬਥੇਰੇ ਲਾਏ ਆ, ਵੇਰਕਾ ਮਿਲਕ ਪਲਾਂਟ ਦਾ ਲਾ ਲਓ, ਚਾਹੇ ਤੁਸੀਂ ਪਾਸਪੋਰਟ ਦਫ਼ਤਰ ਦਾ ਲਾ ਲਓ, ਚਾਹੇ ਤੁਸੀਂ ਲਾਡੂਆਲ ਟੋਲ ਪਲਾਜ਼ੇ ਦਾ ਲਾ ਲਓ। ਕਹਿੰਦੇ ਅਸੀਂ ਲੋਕਾਂ ਦੀਆਂ ਲੜਾਈਆਂ ਹੀ ਬਹੁਤ ਲੜਦੇ ਹਾਂ। ਲੜੀਆਂ ਇਹਨਾਂ ਨੇ, ਲੜੀਆਂ ਇਹਨਾਂ ਨੇ, ਮਿਲਕ ਪਲਾਂਟ ਦਾ ਲਾਇਆ, ਫਿਰ ਰਾਜੀਨਾਮਾ ਹੋ ਗਿਆ, ਫਿਰ ਟੋਲ ਪਲਾਜ਼ਾ ਦਾ ਲਾਇਆ, ਉਹਨਾਂ ਨਾਲ ਰਾਜੀਨਾਮਾ ਹੋ ਗਿਆ, ਫਿਰ ਟੋਲ ਪਲਾਜ਼ਾ ਹਿੱਸੇਦਾਰੀ ਕੁਝ ਸੁਣਦੇ ਹਾਂ ਕਿ ਕਰ ਲਈ, ਠੀਕ ਹੈ। ਇਹ ਜਿੱਥੇ ਲਾਉਂਦੇ ਹੈ ਉਹਦੇ ਬਾਅਦ ਰਾਜੀਨਾਮੇ ਹੁੰਦੇ ਇਹਨਾਂ ਦੇ। ਇਹ ਇਹਨਾਂ ਦਾ ਇੱਕ ਮੋਡਸ ਪਰੈਂਡੀ ਹੈ, ਬਲੈਕਮੇਲ ਟਾਈਪ, ਬਲੈਕਮੇਲ ਇਜ਼ ਅ ਟੌਪ ਬਲੈਕਮੇਲਰ ਹੈ ਇੱਕ ਨਾ, ਲੋਕਾਂ ਦੀਆਂ ਵੀਕਨੈਸ ਰੱਖ ਕੇ, ਮੁਲਾਜ਼ਮਾਂ ਦੀਆਂ ਵੀਕਨੈਸ ਰੱਖ ਕੇ। ਇੱਕ ਇੱਥੇ ਕਮਿਸ਼ਨਰ ਸੀਗਾ ਵਿਚਾਰਾ, ਉਹਨੇ ਸੁਣੀ ਨਹੀਂ, ਨਿਹਾਇਤ ਇਮਾਨਦਾਰ ਬੰਦਾ, ਮੈਂ ਉਹਨੂੰ ਜਾਣਦਾ ਕਿਉਂਕਿ ਉਹ ਵਕੀਲ ਸੀਗਾ ਸਾਡੇ ਨਾਲ, ਪ੍ਰੈਕਟਿਸ ਕਰਦਾ ਸੀ, ਉਹਦੇ ਤੋਂ ਹੀ ਉਹ ਲੱਗ ਗਿਆ, ਇਹ ਤੋਂ ਲੱਗਦਾ ਜੁਆਇੰਟ ਕਮਿਸ਼ਨਰ ਬਣ ਗਿਆ। ਉਹ ਧੱਕੇ ਨਾਲ ਉਹਦੇ ਤੋਂ ਬਿਜ਼ਨਸ ਵਾਲਿਆਂ ਨੂੰ ਪੈਸੇ ਦੇ ਕੇ 1,00,000 ਰੁਪਇਆ ਪਵਾਤਾ ਉਹਦੇ 'ਤੇ ਧੱਕੇ ਨਾਲ, ਉਹਨੂੰ ਫੜ ਕੇ ਅੰਦਰ ਕਰਤਾ, ਉਹ ਕੈਂਸਲ ਹੋਇਆ ਕੇਸ ਆਖਰ। ਮਤਲਬ ਹਰ ਇਹਨਾਂ ਤੋਂ ਕੋਈ ਹੱਥਕੰਡਾ ਕਰਾ ਲਓ, ਕਿਸੇ ਕਿਸਮ ਦਾ ਹੱਥਕੰਡਾ ਕਰਾ ਲਓ। ਇੱਕ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਮੰਨਿਆ ਕਿ ਜੋ ਕੁਝ ਉਹ ਲੇਡੀਜ਼ ਦੇ ਨਾਲ ਹੋਇਆ ਉਹਦੇ ਇਲਜ਼ਾਮ, ਉਹ ਸਹਿਮਤੀ ਦੇ ਨਾਲ ਸਾਰਾ ਕੁਝ ਹੋਇਆ, ਉਹਨਾਂ ਨੇ ਖੁਦ ਕਹਿੰਦੇ ਮੰਨਿਆ ਬਿਆਨਾਂ ਦੇ ਵਿੱਚ। ਇਹ ਬੇਲ ਹੋਣ ਵਾਲਾ ਕੇਸ ਨਹੀਂ ਸੀ, ਕਿਉਂਕਿ ਬੇਲ ਦਾ ਇੱਕ ਹੁੰਦਾ ਕਿ ਇਹ ਬੰਦਾ ਟੈਂਪਰ ਨਹੀਂ ਕਰੂਗਾ ਐਵੀਡੈਂਸ ਨੂੰ। ਜਿਹਨੇ ਬਾਹਰ ਰਹਿ ਕੇ ਇੰਨਾ ਇਨਫਲੂਐਂਸ ਯੂਜ਼ ਕੀਤਾ ਹੋਵੇ ਕਿ ਦੋ ਦੋ ਸਰਕਾਰਾਂ ਬਦਲ ਜਾਣ, ਮੁੱਖ ਮੰਤਰੀ ਤਿੰਨ ਤਿੰਨ ਬਦਲ ਜਾਣ, ਪਰ ਇਹਨੂੰ ਫੜੇ ਨਾ ਕੋਈ, ਅਤੇ ਉਹਦੇ ਬਾਅਦ ਇਹ ਪਰਚੇ ਰਜਿਸਟਰ ਕਰਾਵੇ ਝੂਠੇ ਜਾਲੀ, ਐਸੀ ਦੀ ਬੇਸ ਹੋਣੀ ਨਹੀਂ ਸੀ ਚਾਹੀਦੀ। ਹੁਣ ਬੇਲ ਕਰਤੀ ਜੱਜ ਸਾਹਿਬ ਨੇ ਸਿਰ ਮੱਥੇ, ਪਰ ਦੁੱਖਦਾਈ ਗੱਲ ਹੈ ਇਹੋ ਜਿਹੀ ਬੇਲਾਂ ਹੋਣੀਆਂ ਨਹੀਂ ਚਾਹੀਦੀਆਂ। ਹੁਣ ਵੀ ਜਿਵੇਂ ਤਰੀਕਾਂ ਪਾਉਂਦੇ ਆ, ਕਿਸੇ 'ਚ ਤਾਂ ਕਹਿਣਗੇ ਅਰਲੀ ਕਰੋ, ਡੇ ਟੂ ਡੇ ਕਰੋ, ਇਹਦੇ 'ਚ ਤਿੰਨ ਤਿੰਨ ਮਹੀਨੇ ਦੀ ਤਰੀਕ ਪਾ ਕੇ ਉਹ ਮਾਰਦੇ ਹਾਂ। ਆ ਪਿੱਛੇ ਪਰਸੋਂ ਚੌਥੇ ਕੇਸ ਸੀਗਾ, ਉਹਨੂੰ 1 ਅਗਸਤ ਦੀ ਪਾਤੀ ਡੇਟ, ਸਾਡਾ ਵਕੀਲ ਬੈਠਾ ਰਿਹਾ 4 ਵਜੇ 'ਤੇ, ਪਤਾ ਲੱਗਿਆ ਸਵੇਰੇ ਹੀ ਦੂਜਾ ਵਕੀਲ ਆਇਆ ਸੀ, ਡੇਟ ਲੈ ਗਿਆ। ਨਾਓ ਉਹਦੇ ਵਿੱਚ ਜਦ ਇਹਨਾਂ ਨੇ ਬੇਲ 'ਚ ਆਰਗਿਊ ਕੀਤਾ, ਤਾਂ ਇਹਨਾਂ ਦੇ ਵਕੀਲ ਨੇ ਕਿਹਾ ਇਹ ਸੀਕੁਐਂਸ ਆਫ ਇਵੈਂਟ ਸੀਗੇ, ਇਸ ਲੇਡੀ ਨੂੰ ਇੱਕ ਵਾਰ ਖਰਾਬ ਕਰਕੇ ਫਿਰ ਬਾਰ ਬਾਰ ਬੁਲਾ ਕੇ ਐਕਸਪਲੋਇਟ ਕਰਦਾ ਸੀ। ਵਕੀਲ ਕਹਿੰਦਾ ਜੀ ਇਹ ਜਿਹੜਾ ਹੈ
ਬਾਈ ਫੋਰਸ ਨਹੀਂ ਹੋ ਸਕਦਾ, ਇਹ ਬਾਈ ਕੰਸੈਂਟ ਹੈ, ਕੰਸੈਂਸ਼ੂਅਲ ਹੈ। ਸਿਮਰਜੀਤ ਬੈਂਸ ਸਾਹਿਬ, ਹਾਂ ਹਾਂ ਯੈਸ। ਫਿਰ ਨਾਲ ਉਹਨੂੰ ਇਹ ਵੀ ਡਰ ਲੱਗਿਆ ਕਿ ਟ੍ਰਾਇਲ 'ਚ ਨਾ ਮਰਾਂ, ਬੇਲ ਲਈ ਵੀ ਡੈਸਪਰੇਟ ਸੀਗੇ, ਬੇਲ ਆਫਟਰ ਬੇਲ ਲੱਗ ਚੁੱਕੀਆਂ ਸੀ, ਡਿਸਮਿਸ ਹੋ ਚੁੱਕੀਆਂ ਸੀਗੀਆਂ। ਫਿਰ ਇਹਨੇ ਲਾਇਆ, ਇਹ ਕਿਹਾ ਜੀ ਕਿ ਕੰਸੈਂਸ਼ੂਅਲ ਹੈ ਅਤੇ ਮੈਂ ਰਿਜ਼ਰਵ ਰੱਖਦਾ ਆਪਣਾ ਰਾਈਟ ਕਿ ਐਟ ਦੀ ਟਾਈਮ ਆਫ ਟ੍ਰਾਇਲ ਮੈਂ ਪਲੀ ਲਵਾਂ ਜਾਂ ਨਾ ਲਵਾਂ। ਸੋ ਇੱਕ ਚੀਜ਼ ਤਾਂ ਹੈ, ਇਹ ਸਾਧ ਬਣਿਆ ਫਿਰਦਾ, ਇਹਨੇ ਇਹ ਤਾਂ ਐਡਮਿਟ ਕੀਤਾ ਨਾ ਕਿ ਕੁਕਰਮ ਹੋਇਆ। ਸੋ ਵੇਅਰ ਹੀਜ਼, ਦੁੱਧ ਧੋਤਾ ਕਿੱਥੋਂ ਹੈ, ਕਿ ਕਿੱਥੋਂ ਤੋਂ ਧੋਤਾ। ਹੋਰ ਦੇਖੋ ਇਹਦਾ ਕਰੈਕਟਰ, ਇਹ ਆਦਮੀ ਬਲੂ ਸਟਾਰ ਦੇ ਬਾਅਦ ਨਾ ਜ਼ਮੀਨ 'ਤੇ ਲਿਟ ਕੇ ਰੋ ਰੋ ਦਿਖਾਉਂਦਾ ਸੀ ਲੋਕਾਂ ਨੂੰ, ਤਾਹਾਂ ਮਾਰਦਾ ਸੀ, ਚੰਗਾ ਮਾਰਦਾ ਸੀ, ਸਾਡੇ ਨਾਲ ਧੱਕਾ ਹੋ ਗਿਆ, ਸਾਡੇ ਨਾਲ ਧੱਕਾ ਹੋ ਗਿਆ। ਫਿਰ ਇਹ ਬੰਦਾ ਜਿਹਨੇ ਭਿੰਡਰਾਂ ਵਾਲਿਆਂ ਦੀ ਬਰਸੀ ਬਣਾਈ, ਇਹ ਉਹ ਬੰਦਾ। ਫਿਰ ਇਹ ਉਹ ਬੰਦਾ ਜਿਹੜਾ ਕਹਿੰਦਾ ਸੀ ਕਿ ਇੰਦਰਾ ਗਾਂਧੀ ਦੇ ਟੱਬਰ ਜਾਤੀ ਬਰਬਾਦ ਨਾ ਹੋ ਜਾਵੇ ਉਦੋਂ ਤੁਸੀਂ ਸਿੱਖ ਕੌਮ ਸਾਹ ਨਹੀਂ ਲੈ ਸਕਦੀ, ਇਹ ਬੋਲਦਾ ਸੀ। ਅਤੇ ਉਸੇ ਟੱਬਰ ਤੋਂ ਜਾ ਕੇ ਹਾਰ ਪਵਾ ਕੇ ਆਇਆ ਗਲ ਦੇ ਵਿੱਚ ਸਰੋਪਾ, ਅਤੇ ਨਾਲ ਉਹ ਐਸ ਜੀ ਪੀ ਸੀ ਵਾਲਾ, ਲਾਹਨਤ ਉਹਦੇ 'ਤੇ ਐਸ ਜੀ ਪੀ ਸੀ ਵਾਲੇ 'ਤੇ, ਤੂੰ ਗੁਰਸਿੱਖ ਬਣਿਆ ਫਿਰਦਾ, ਤੈਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਾਣ ਕੀ ਕੀਤਾ ਸਿੱਖਾਂ ਦਾ, ਕੀ ਤੁਹਾਡੇ ਨਸਲ ਕੁਛ ਨਹੀਂ ਕਰਕੇ ਰੱਖੀ ਹੈ। ਇਹ ਕਰੈਕਟਰ ਹੈ ਕੋਈ, ਇਹ ਮਾਣ ਦੇ ਨਾਲ ਰਿਹਾ, ਮਾਣ ਤੋਂ ਉੱਠਿਆ, ਮਾਣ ਦੀਆਂ ਚਿੱਠੀਆਂ 'ਚ ਬੜੀ ਕਮਾਈ ਕੀਤੀ ਇਹਨੇ, ਜਿਹੜੀਆਂ ਬਾਹਰਲੀਆਂ ਚਿੱਠੀਆਂ ਜਾਂਦੀਆਂ ਉਹਦੀ ਕਮਾਈ ਦਾ ਖੂਬ ਮੱਖਣ ਲਾਇਆ ਇਹਨੇ। ਉਹਦੇ ਬਾਅਦ ਮਾਣ ਦੀ ਪੱਗ ਲਈ, ਅੱਜ ਤੀ ਰੱਖੀ ਬੈਠਿਆ ਘਰ ਪੱਗ, ਸਿਮਰਜੀਤ ਸਿੰਘ ਮਾਨ ਦੀ। ਹਾਂ, ਮੈਂ ਇੱਕ ਦਿਨ ਘਰ ਗਿਆ, ਉੱਥੇ 8-10 ਪੱਗਾਂ ਰੱਖੀਆਂ, ਇਹ ਮਾਣ ਦੀ ਹੈ, ਫਲਾਨੇ ਦੀ ਹੈ। ਮਤਲਬ ਜਿਸ ਆਦਮੀ ਨੂੰ ਦਸਤਾਰ ਦੀ ਇੱਜ਼ਤ ਨਾ ਹੋਵੇ, ਮਾਣ ਦੀ ਪੱਗ ਲਾ ਕੇ, ਸਿਮਰਜੀਤ ਸਿੰਘ ਮਾਨ ਦੀ, ਉਹ ਘਰ ਰੱਖੀ ਇਹਨੇ ਸਜਾਈ ਸ਼ੋਕੇਸ ਦੇ ਵਿੱਚ, ਕਿ ਆਹ ਮਾਣ ਦੀ ਪੱਗ ਹੈ, ਮੈਂ ਲਾਈ ਸੀਗੀ, ਮੈਂ ਸਹੀ ਦੇ ਵਿੱਚ ਇੱਥੇ ਕੁੱਟਿਆ ਮਾਨ ਨੂੰ ਸਰਕਟ ਹਾਊਸ ਦੇ ਬਾਹਰ ਲੁਧਿਆਣੇ, ਜਦ ਅਕਾਲੀ ਦਲ 'ਚ ਹੁੰਦਾ ਸੀ। ਫਿਰ ਉਸ ਨੂੰ ਵਿਚਾਰੇ ਨੂੰ ਕਿਵੇਂ ਕੁੱਟਿਆ, ਉਹਨੂੰ ਨੰਗਾ ਕਰਤਾ, ਆਪਣੇ ਜਿਹੜਾ ਸਬ ਰਜਿਸਟਰਾਰ ਸੀ ਬੈਨੀਪਾਲ, ਉਹਨੂੰ ਨੰਗਾ ਕਰਤਾ, ਉਹਦੀਆਂ ਲੱਤਾਂ ਭੜਤੀਆਂ, ਉਹਦਾ ਪਿਸਤੌਲ ਖਾ ਗਿਆ, ਅਤੇ ਪਿਸਤੌਲ ਵੀ ਨਹੀਂ ਮੁੜਿਆ। ਇਸ ਕਿਸਮ ਦੇ ਕ੍ਰਿਮੀਨਲਸ ਹੈ। ਫਿਰ ਸੀ ਬੀ ਆਈ ਤੋਂ ਜਾ ਕੇ ਕਿੱਦਾਂ ਇਹ ਕੇਸ ਆਪਣੇ ਹੱਕ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਕੀਤੀ, ਬਟ ਬੜਾ ਬੁਰੀ ਤਰ੍ਹਾਂ ਐਕਸਪੋਜ਼ ਹੋਏ, ਉਹਦੇ 'ਚ ਸਟੇਅ ਲਈ ਬੈਠੇ ਹਾਈ ਕੋਰਟ 'ਚ, ਉਹਦੇ 'ਚ ਨਹੀਂ ਕੇਸ ਚੱਲਣ ਦਿੰਦੇ, ਐਡੀ ਸਾਫ਼ ਸੁਥਰੇ ਤੋਂ ਕੇਸ ਚੱਲਣ ਦਿਓ। ਇਹ ਮੀਨਸ ਇਹ ਬੰਦਿਆਂ ਦੀ, ਫਿਰ ਦੇਖੋ ਹੁਣ ਵੀ ਹਰ ਪੋਲੀਟੀਕਲ ਪਾਰਟੀ ਜਾਣ ਲਈ ਤਿਆਰ ਸੀ, ਉਹਨੂੰ ਕਾਂਗਰਸ ਲੈ ਲਵੇ ਤਾਂ ਜਾਣ ਨੂੰ ਤਿਆਰ, ਆਪ ਲੈ ਲਵੇ ਤਾਂ ਜਾਣ ਨੂੰ ਤਿਆਰ। ਜਿੰਨੀ ਵੱਡੀ ਅੱਜ ਤੁਰਦੇ ਸੀਗੇ ਪੰਜਾਬ ਦੇ ਇੱਕ ਕੋਨੇ ਤੋਂ ਪਾਣੀਆਂ ਦੀ ਲੜਾਈ, ਕਾਂਗਰਸ ਨੇ ਮਾਰਤਾ ਪਾਣੀਆਂ ਨੂੰ, ਮਾਤਾ ਉਹੀ ਕਾਂਗਰਸ ਦੀ ਝੋਲੀ 'ਚ ਬਹਿ ਗਿਆ। ਸਾਡੀ ਲੋਕ ਇਨਸਾਫ ਪਾਰਟੀ ਕਿੱਡੀ ਪਾਰਟੀ, ਸਾਰੇ ਤੰਬੂ ਤੰਬੂ ਜ਼ਿਲ੍ਹੇ, ਡੰਡੇ ਡੁੰਡੇ ਜ਼ਿਲ੍ਹੇ ਗੱਡੇ 'ਤੇ ਰੱਖ ਕੇ ਟਰਾਲੀ 'ਚ ਬਹਿ ਗਏ ਕਾਂਗਰਸ ਦੀ ਜਾ ਕੇ, ਕਿੱਥੇ ਗਿਆ ਤੁਹਾਡਾ ਉਹ ਸਾਰਾ ਜੁਗਾੜ, ਪਾਰਟੀ ਦਾ ਜੁਗਾੜ, ਹੈਂ, ਲਾਣੀ ਕਿਉਂ ਪੈ ਗਈ, ਹੈਂ, ਸਾਰੇ ਉਹ ਹਾਲ ਹੋਇਆ ਕਿ ਖੂਹ ਦੀਆਂ ਟਿੰਡਾਂ ਲਾ ਕੇ ਭੱਜ ਲਏ। ਹੁਣ ਕੀ ਲੱਗਦਾ ਕਿ ਇਹਦਾ ਕਾਂਗਰਸ ਨੂੰ ਨੁਕਸਾਨ ਹੋਊਗਾ ਸਿਮਰਜੀਤ ਸਿੰਘ ਬੈਂਸ ਨੂੰ ਲੈਣ ਦਾ? 100% ਨੁਕਸਾਨ ਹੋਊਗਾ, ਐਂਡ ਰਾਜਾ ਬੜਿੰਗ ਨੇ ਆਪਣੀ ਇਲੈਕਸ਼ਨ ਦੇ ਵਿੱਚ ਬੇਮਤਲਬ ਲਿਆ ਕੇ ਡੱਕਾ ਫਸਾ ਲਿਆ, ਐਂਡ ਸਿਆਣੇ ਹੋਣਗੇ, ਮੈਂ ਹਾਲੇ ਵੀ ਕਹਿੰਦਾ ਸਿਆਣੇ ਹੋਣਗੇ, ਇਹਨਾਂ ਨੂੰ ਚੱਲਦੇ ਕਰ ਦੇਣ, ਇਹ ਬਹੁਤ ਵੱਡੀ ਗਲਤੀ ਕੀਤੀ ਹੈ। ਐਂਡ ਮੈਂ ਕਈ ਕਾਂਗਰਸ ਦੇ ਲੀਡਰਸ ਨਾਲ ਵੀ ਗੱਲ ਕੀਤੀ ਹੈ, ਇਹਨਾਂ ਦੇ ਵਿਮਨ ਲੀਡਰਸ ਨਾਲ ਵੀ ਕੀਤੀ ਹੈ, ਸਾਰੇ ਸ਼ੌਕਡ ਹੈ, ਕਹਿੰਦੇ ਪਤਾ ਨਹੀਂ ਕੀ ਹੋ ਗਿਆ, ਸਾਨੂੰ ਪਤਾ ਹੀ ਨਹੀਂ, ਕਿਸੇ ਨੂੰ ਨੌਲੇਜ ਹੀ ਨਹੀਂ ਸੀ ਕਿੱਦਾਂ ਅਰੇਂਜ ਕਰਾਇਆ ਰਾਜਾ ਬੜਿੰਗ ਨੇ। ਇੰਨਾ ਇੰਨਾ ਡਰ, ਰਾਜਾ ਬੜਿੰਗ ਨੂੰ ਇੰਨਾ ਡਰਨ ਦੀ ਕੀ ਲੋੜ ਹੈ? ਜੇ ਤੂੰ ਚੈਲੇਂਜ ਦੇ ਕੇ ਆਇਆ ਤਾਂ ਕੀ ਰੇਪਿਸਟ ਦੇ ਨਾਲ ਜਿੱਤੇਗਾ ਇਲੈਕਸ਼ਨ? ਇਹ ਪ੍ਰਾਈਸ ਦੇਂਗਾ ਤੂੰ ਕਿ ਰੇਪਿਸਟ ਨੂੰ ਨਾਲ ਲਏਗਾ? ਰਾਜਾ ਬੜਿੰਗ ਦੀ ਇਮੇਜ ਅੱਛੀ ਹੈ, ਮੈਂ ਤਾਂ ਇਮਾਨਦਾਰੀ ਨਾਲ ਅੰਮ੍ਰਿਤਾ ਨੂੰ ਮੈਂ ਪ੍ਰੇਸ ਕਰਦਾ, ਸ਼ੀ ਇਜ਼ ਅ ਬੋਲਡ ਲੇਡੀ, ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ 'ਚ ਹੋਵੇ, ਸ਼ੀ ਇਜ਼ ਅ ਬੋਲਡ ਪਰਸਨ, ਜਿੱਦਾਂ ਉਹ ਬੋਲਦੀ ਹੈ, ਜਿੱਦਾਂ ਆਰਟੀਕੁਲੇਟ ਕਰਦੀ ਹੈ, ਸ਼ੀ ਅਟਰੈਕਟਸ ਪੀਪਲ, ਸ਼ੀ ਸਪੀਕਸ ਵੈਰੀ ਵੈਲ, ਐਂਡ ਉਹ ਜੇ ਉਹ ਅੰਮ੍ਰਿਤਾ
ਕਿਤੇ ਜਾਵੇ ਲੁਧਿਆਣੇ ਇਲੈਕਸ਼ਨ ਕੰਪੇਨ 'ਚ ਅਤੇ ਲੇਡੀ ਸਾਹਮਣੇ ਬੈਠ ਕੇ ਉਹਨੂੰ ਸਵਾਲ ਕਰੇ ਤਾਂ ਕੀ ਜਵਾਬ ਦਊਗੀ ਉਹ? ਇਹਨੂੰ ਜਾਊਗੀ, ਉਹ ਹਟੂਗੀ ਨਹੀਂ, ਉਹ ਜਾਊਗੀ, ਉਹ ਨਡਰ ਹੈ, ਉਹਨੂੰ ਕੋਈ ਖੌਫ ਨਹੀਂ ਹੈ। ਉਹ ਕਹਿੰਦੀ ਮੈਨੂੰ ਇੱਕੋ ਗੱਲ ਹੈ ਕਿ ਉਹਨੂੰ ਮੈਂ ਸਜ਼ਾ ਕਰਾਉਣੀ ਹੈ ਜੋ ਮੈਨੂੰ ਜ਼ਲੀਲ ਕੀਤਾ, ਉਹਦੇ ਬੱਚਿਆਂ ਦਾ ਫਿਊਚਰ ਬਰਬਾਦ ਕਰਤਾ, ਉਹਨਾਂ ਦੀ ਬਿਜ਼ਨਸ ਬਰਬਾਦ ਕਰਤੀ, ਉਹਦਾ ਘਰੋਂ ਬੇਘਰ ਕਰਤਾ। ਉਹ ਤਾਂ ਸਾਡੇ ਵਰਗੇ ਬੰਦਿਆਂ ਦੀ ਕਿਤੇ ਮਦਦ ਨਾ ਹੋਵੇ ਤਾਂ ਕਿੱਥੇ ਜਾਵੇ ਵਿਚਾਰੀ? ਉਹ ਵੀ ਪ੍ਰੋਟੈਕਟ ਹਰ, ਮੈਂ ਅੱਜ ਤਾਂ ਪ੍ਰੋਟੈਕਟ ਕਰਦਾ ਉਹਨੂੰ। ਐਂਡ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੜਾਈ ਜਿਹੜੀ ਆ ਹੋਰ ਤਿੱਖੀ ਹੋਊਗੀ ਕਾਂਗਰਸ ਦੇ ਖਿਲਾਫ਼? ਤਿੱਖੀ ਹੋਊਗੀ, ਮੈਂ ਤਾਂ ਬੋਲੂੰਗਾ, ਮੈਂ ਤਾਂ ਇਹਨਾਂ ਦੇ ਹਰ ਥਾਂ 'ਤੇ ਜਾਊਂਗਾ, ਹਰ ਥਾਂ 'ਤੇ ਜਾ ਕੇ ਬੋਲੂੰਗਾ ਮੈਂ। ਦੇਖੋ, ਮੈਂ ਇੱਕ ਪੋਲੀਟੀਕਲ ਪਾਰਟੀ 'ਚ ਹਾਂ, ਦੈਟ ਇਜ਼ ਸੈਪਰੇਟ। ਮੈਂ ਇਹਦੇ ਇਲਾਵਾ ਮੈਂ ਸੋਸ਼ਲ ਵਰਕਰ ਵੀ ਹਾਂ। ਮੈਂ ਇੱਕ ਲੇਡੀ ਨਹੀਂ, ਬੜੀਆਂ ਲੇਡੀਆਂ ਦੇ ਲੇਡੀਜ਼ ਦੇ ਕੇਸ ਕਰਦਾ। ਮੇਰੇ ਕੋਲ ਹੁਣ ਹਾਲ ਹੀ ਦੇ ਵਿੱਚ ਗਵਰਨਮੈਂਟ ਕਾਲਜ ਦੀ ਪ੍ਰੋਫੈਸਰ ਨਾਲ ਧੱਕਾ ਹੋ ਰਿਹਾ ਸੀ, ਕਲਰਕ ਕਰ ਰਿਹਾ ਸੀ, ਉਹ ਲੜਾਈ ਲੜੀ, ਕੇਸ ਰਜਿਸਟਰ ਕਰਾਇਆ, ਕਲਰਕ ਨੂੰ ਟ੍ਰਾਂਸਫਰ ਕਰਾਇਆ। ਇੱਕ ਦੂਜੀ ਲੇਡੀ ਹੈ, ਉਹ ਵੀ ਗਵਰਨਮੈਂਟ ਕਾਲਜ 'ਚ ਲੈਕਚਰਾਰ ਹੈ, ਉਹਨਾਂ ਦੀ ਸੱਸ ਸਹੁਰੇ ਧੱਕਾ ਕੀਤਾ, ਉਹਦੀ ਮਦਦ ਕਰ ਰਹੇ ਹਾਂ। ਇੱਕ ਹੋਰ ਸਾਡਾ ਵਿਚਾਰਾ ਰਿਟਾਇਰਡ ਕਲਰਕ ਹੈ ਡੀ ਸੀ ਆਫਿਸ ਦਾ, ਉਹਦੀ ਕੁੜੀ ਨਾਲ ਮੈਰੀਲੈਂਡ 'ਚ ਧੱਕਾ ਹੋਇਆ ਅਮੈਰੀਕਾ, ਉਹ ਤੋਂ ਉੱਥੋਂ ਉਹਦੇ 'ਤੇ ਕੇਸ ਡਿਸਮਿਸ ਕਰਾਇਆ। ਉਹ ਹੁਣ ਕੁੜੀ ਆਈ ਹੋਈ ਹੈ, ਅੱਜ ਵੀ ਉਹਦੇ ਜਵਾਬ ਬਣਾ ਕੇ ਭੇਜਣੇ ਆ। ਇੱਕ ਥੋੜ੍ਹਾ ਮੇਰੇ ਕੋਲ ਨਿੱਕ ਹੈ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਪਣੇ ਚੈਂਬਰ 'ਚ ਦਿਖਾਵਾਂ। ਮੇਰੇ ਕੋਲ ਰੋਜ਼ 4-5 ਕੇਸ ਲੱਗੇ ਹੁੰਦੇ ਆ ਇਹੋ ਜਿਹੀਆਂ ਲੇਡੀਜ਼ ਦੇ। ਕੋਈ ਰੋਪੜੋਂ ਆ ਜਾਂਦੀ ਹੈ ਵਿਚਾਰੀ, ਕੋਈ ਕਿਤੋਂ ਆ ਜਾਂਦੀ ਹੈ, ਫੀਸਾਂ ਦੇਣ ਨੂੰ ਨਹੀਂ ਆ ਬੰਦਿਆਂ ਕੋਲ। ਹੁਣ ਇੱਕ ਹੋਰ ਕੁੜੀ ਆ, ਉਹਨੂੰ ਸੱਸ ਸਹੁਰੇ ਨੇ ਕੱਢਤਾ ਬਾਹਰ, ਲੁਧਿਆਣੇ ਦੇ ਲਾਗੇ ਦੇ ਪਿੰਡ ਦੀ ਆ, ਧਾਂਦਰੇ ਦੇ ਨਾਲ ਪਿੰਡ ਆ ਉਹਨਾਂ ਦਾ। ਹੁਣ ਉਹਦੀ ਲੜਾਈ ਲੜ ਰਹੇ ਆ, ਉਹਦੇ ਸਾਰੇ ਕੇਸ ਫਰੀ, ਚਾਹੇ ਹਾਈਕੋਰਟ ਦਾ ਹੋਵੇ। ਮੈਂ ਉਹਨੂੰ ਵੀ ਵਕੀਲ ਨੂੰ ਕਹਿ ਦਿੰਦਾ, ਰੱਬ ਦੀ ਦਿਆ ਕਿ ਮੇਰੀ ਸੁਣਦੇ ਆ ਵਕੀਲ, ਜਿਹਨੂੰ ਕਹਿ ਦਿੰਦਾ ਉਹ ਵਿਚਾਰਾ ਪੈਸੇ ਵੀ ਪੱਲਿਓਂ ਲੈਂਦਾ, ਟਾਈਪ ਦੇ ਅਤੇ ਕਰਕੇ ਵੀ ਪੱਲਿਓਂ ਦਿੰਦਾ। ਹੁਣ ਇਹਦੇ ਬੀਬੀ ਦਾ ਸੁਪਰੀਮ ਕੋਰਟ ਨਹੀਂ, ਇਹ ਲੜਕੇ ਕਿੱਥੋਂ ਲੜ ਸਕਦੀ ਹੈ ਵਿਚਾਰੀ? ਫਿਰ ਸਵਾਲ ਕਰਦੇ ਹਾਂ ਜੀ, ਇਹ ਮਹਿੰਗੇ ਵਕੀਲ ਕਿੱਥੋਂ ਕਰ ਲੈਂਦੀ ਹੈ? ਉਹ ਸਾਡੇ ਇਸ ਦੁਨੀਆਂ ਦੇ ਵਿੱਚ ਉਹ ਵਕੀਲ ਵੀ ਹੈਗੇ ਜਿਹੜੇ ਫੀਸ ਬਿਨਾਂ ਵੀ ਕੰਮ ਕਰਦੇ, ਇਹਨਾਂ ਨੂੰ ਪਤਾ ਹੀ ਨਹੀਂ ਪਾਗਲਾਂ ਨੂੰ, ਇਹਨਾਂ ਨੂੰ। ਹੁਣ ਵੀ ਇਹਦੇ ਵਿੱਚ ਸੀਨੀਅਰ ਤੋਂ ਸੀਨੀਅਰ ਵਕੀਲ ਇਹਦੇ ਵੱਲੋਂ ਪੇਸ਼ ਹੋਏ ਹਾਂ ਮੈਂ, ਐਂਡ ਉਹ ਵਿਚਾਰਿਆਂ ਨੇ ਮੇਰੇ ਤੋਂ ਫੀਸ ਨਹੀਂ ਮੰਗੀ ਕਿਸੇ ਨੇ। ਮੈਂ ਗਿਆ, ਮੈਂ ਦੱਸਿਆ ਹਾਲਾਤ। ਇੱਕ ਸੀਨੀਅਰ ਐਡਵੋਕੇਟ ਹੈ, ਲੇਡੀ ਲੋਇਰ ਹੈ, ਮੀਨਾਕਸ਼ੀ ਇੱਥੇ ਦੀ ਸੁਪਰੀਮ ਕੋਰਟ ਦੀ, ਉਹਨੇ ਮੈਨੂੰ ਪ੍ਰੋਮਿਸ ਕੀਤਾ, ਕਹਿੰਦੇ ਜਦ ਮਰਜ਼ੀ ਆ ਜੇ, ਮੈਨੂੰ ਲੋੜ ਪਈ ਮੈਂ ਕੋਲੋਂ ਪੈਸੇ ਖਰਚੂ, ਆਈ ਵਿਲ ਫਾਈਟ ਹਰ ਕੇਸ। ਮੈਂ ਹਾਲੇ ਕਿ ਕੋਂਟੈਕਟ ਨਹੀਂ ਕੀਤਾ, ਜੇ ਮੈਂ ਪ੍ਰਸ਼ਾਂਤ ਨੂੰ ਕਹਿ ਦਊਂ, ਮੈਂ ਪ੍ਰਸ਼ਾਂਤ ਭੂਸ਼ਣ ਨੂੰ, ਉਹ ਵੀ ਕਰੂਗਾ। ਆਈ ਐਮ ਕੌਨਫੀਡੈਂਟ, ਹੀ ਇਜ਼ ਏ ਵੰਡਰਫੁਲ ਪਰਸਨ। ਪੋਲੀਟੀਕਲ ਪਾਰਟੀਆਂ ਅਲੱਗ ਹੁੰਦੀਆਂ, ਬੰਦੇ ਚੰਗੇ ਲੱਗੇ ਦੂਜੀਆਂ ਪਾਰਟੀਆਂ 'ਚ ਵੀ ਹੁੰਦੇ ਆ। ਮੈਂ ਹਾਂ ਦਾ ਨਾਰਾ ਦਿੱਤਾ ਸੁਖਪਾਲ ਖਹਿਰੇ ਲਈ, ਡਟ ਕੇ ਦਿੱਤਾ, ਉਹਨਾਂ ਧੱਕਾ ਕੀਤਾ ਨੇ ਭਗਵੰਤ ਮਾਨ ਨੇ, ਐਂਡ ਮੈਂ ਖੁਸ਼ ਹਾਂ ਉਹ ਲੜ ਰਿਹਾ ਉੱਥੇ ਜਾ ਕੇ, ਉਹਦੇ ਉਹਦੇ ਘਰ 'ਚ ਲੜ ਰਿਹਾ, ਹੀ ਇਜ਼ ਅ ਬ੍ਰੇਵ ਬੋਏ। ਸਰ ਪੋਲੀਟੀਕਲ ਪਾਰਟੀ ਦੀ ਅਲੱਗ ਗੱਲਾਂ ਹੈਗੀਆਂ। ਸੋ ਤੁਸੀਂ ਇਨਸਾਨੀਅਤ ਥੋੜ੍ਹਾ ਛੱਡ ਦੋਗੇ ਕਿ ਇਨਸਾਨੀਅਤ ਬਾਰੇ ਨਹੀਂ ਤੁਸੀਂ ਕਰੋਗੇ? ਇਨਸਾਨੀਅਤ ਇੱਥੇ ਖੜੀ ਹੈ, ਉਹਦੇ 'ਤੇ ਤੁਹਾਨੂੰ ਰਾਈਟ ਕੌਜ਼ ਲਈ ਬੋਲਣਾ ਪੈਂਦਾ। ਐਂਡ ਸੁਖਪਾਲ ਖਹਿਰਾ ਨਾਲ ਧੱਕਾ ਹੋਇਆ, ਆਈ ਵਿਲ ਆਲਵੇਜ਼ ਸੇ ਧੱਕਾ ਹੋਇਆ, ਮੈਨੂੰ ਕੋਈ ਗੁਰੇਜ਼ ਨਹੀਂ ਹੈ। ਤੁਸੀਂ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਤਾਂ ਇਹ ਸਨ ਹਰੀਸ਼ ਰਾਏ ਟਾਂਡਾ ਜੀ, ਜਿਨ੍ਹਾਂ ਦੇ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਜਿਹੜਾ ਕੇਸ ਦਰਜ ਹੈ ਰੇਪ ਦਾ, ਉਹਦੇ ਬਾਰੇ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਗਈ ਆ। ਔਰ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਆਪਣੀ ਚੱਲਦੀ ਇਲੈਕਸ਼ਨ ਦੇ ਵਿੱਚ ਵੱਡੀ ਗਲਤੀ ਕਰ ਲਈ ਹੈ, ਜਿਹਦਾ ਖਮਿਆਜ਼ਾ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਭੁਗਤਣਾ ਪੈ ਸਕਦਾ। ਕੈਮਰਾਮੈਨ ਅੰਕੁਸ਼ ਰਾਜ, ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾ ਟੀਵੀ, ਲੁਧਿਆਣਾ।